ਕੌਂਸਲ ਲਹਿਰਾ ਗਾਗਾ ਦੀਆਂ ਚੋਣਾਂ ਸੰਬੰਧੀ ਪ੍ਰਸ਼ਾਸਨ ਵੱਲੋਂ ਐਲਾਨੇ ਨਤੀਜਿਆਂ ਦੇ ਖਿਲਾਫ ਲਹਿਰਾ ਵਿਕਾਸ ਮੰਚ ਦੇ ਜਿੱਤੇ ਹੋਏ ਕੌਂਸਲਰ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਜੋ ਧਰਨਾ 17 ਤਾਰੀਖ ਤੋਂ ਬਾਬਾ ਹੀਰਾ ਸਿੰਘ ਪੱਠਲ ਕਾਲਜ ਅੱਗੇ ਲਾਇਆ ਗਿਆ ਸੀ ਅੱਜ ਉਸ ਨੂੰ ਬਦਲ ਕੇ SDM ਦਫ਼ਤਰ ਅੱਗੇ ਲਗਾ ਦਿੱਤਾ ਗਿਆ। ਨਾ ਸੰਕੇਤਕ ਦੇਣੀ ਧਰਨਾ ਤਾਂ 17 ਤਰੀਕ ਨੂੰ ਜਦੋਂ ਜਾਤੀ ਹੋਈ ਹੈ 3 ਵਜੇ ਤੋਂ ਸਾਡੇ ਖਿਲਾਫ ਉਦੋਂ ਤੋਂ ਹੀ ਧਰਨਾ ਰੈਗੂਲਰ ਚੱਲ ਰਿਹਾ। ਉਹ ਧਰਨਾ ਪਹਿਲਾਂ ਉੱਥੇ ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਵਿੱਚ ਸੀ। ਉੱਥੇ EVM ਮਸ਼ੀਨਾਂ ਸਾਨੂੰ ਰੋਕੀਆਂ ਹੋਈਆਂ ਸੀ, EVM ਮਸ਼ੀਨਾਂ ਸਟਰੋਂਗ ਰੂਮ ਦੇ ਵਿੱਚ ਰਖਾ ਦਿੱਤੀਆਂ ਗਈਆਂ ਨੇ। ਹੁਣ ਅਸੀਂ ਧਰਨੇ ਦੀ ਜਗ੍ਹਾ ਸ਼ਿਫਟ ਕਰਤੀ, ਹੁਣ ਅਸੀਂ ਧਰਨਾ ਕਿਉਂਕਿ SDM ਦੇ ਖਿਲਾਫ ਆ, ਇਹ ਰਿਟਰਨਿੰਗ ਆਫਿਸਰ ਇਹਦੀ ਧੱਕੇਸ਼ਾਹੀ ਦੇ ਖਿਲਾਫ ਹੈ, ਅਤੇ ਅਸੀਂ ਇਸ ਕਰਕੇ ਧਰਨਾ ਜਿਹੜਾ ਉਹ ਇੱਥੇ ਲਾਇਆ। ਅਤੇ ਕੱਲ੍ਹ ਨੂੰ ਅਸੀਂ ਇੱਕ ਰੈਲੀ ਦੀ ਤਿਆਰੀ ਕਰ ਰਹੇ ਹਾਂ, ਰੋਸ ਰੈਲੀ, ਲੋਕਤੰਤਰ ਦਾ ਜਿਹੜਾ ਘਾਣ ਹੋਇਆ ਉਹਦੇ ਵਿਰੋਧ ਦੇ ਵਿੱਚ, ਕਿਉਂ ਲੋਕਾਂ ਦੇ ਵਿੱਚ ਬਹੁਤ ਵੱਡਾ ਗੁੱਸਾ ਹੈ। ਸਾਰੇ ਇਲਾਕੇ ਦੇ ਲੋਕਾਂ ਨੇ ਸਾਨੂੰ ਕਿਹਾ ਵੀ ਇਹਦਾ ਬਹੁਤ ਵੱਡਾ ਅਨਰਥ ਹੋ ਗਿਆ, ਇਹ ਬਹੁਤ ਵੱਡੀ ਇਨਜਸਟਿਸ ਹੋ ਗਿਆ, ਅਤੇ ਉਹ ਅਸੀਂ ਕੱਲ੍ਹ ਨੂੰ ਜਿਹੜੀ ਰੈਲੀ ਵੀ ਕਰਨ ਜਾ ਰਹੇ ਹਾਂ। ਅਤੇ ਉਸ ਇਹ ਜਿੱਥੇ ਸਾਨੂੰ ਇਨਸਾਫ਼ ਨਹੀਂ ਮਿਲਦਾ, ਹੁਣ ਤਾਂ ਅਸੀਂ ਇਹ ਚੱਲ ਰਿਹਾ ਧਰਨਾ ਸਾਡਾ, ਪਰ ਅਸੀਂ ਕੱਲ੍ਹ ਦੀ ਰੈਲੀ ਦੀ ਵੀ ਤਿਆਰੀ ਕਰਨੀ ਆ, ਅਤੇ ਪਰਸੋਂ ਤੋਂ ਫਿਰ ਇਹ ਰੈਗੂਲਰ ਫਿਰ ਚੱਲਣਾ, ਕਿਉਂਕਿ ਕੱਲ੍ਹ ਨੂੰ ਅਸੀਂ ਰੈਲੀ 'ਚ ਹੋਵਾਂਗੇ ਸਾਰੇ, ਇੱਥੇ ਪਰਸੋਂ ਤੋਂ ਫਿਰ ਧਰਨਾ ਰੈਗੂਲਰ ਚੱਲਣਾ। ਇਹ ਧਰਨਾ ਅੱਜ ਸ਼ਿਫਟ ਕੀਤਾ ਗਿਆ ਜੀ। ਪਹਿਲਾਂ ਇਹ ਪੱਠਲ ਕਾਲਜ ਅੱਗੇ ਤੀ, ਉੱਥੇ ਮਸ਼ੀਨਾਂ ਸਟਰੋਂਗ ਰੂਮ 'ਚ ਲਵਾ ਕੇ ਉਸ ਤੋਂ ਬਾਅਦ ਇਹ ਧਰਨਾ ਇੱਥੇ ਲਿਆਂਦਾ ਗਿਆ SDM ਦਫ਼ਤਰ ਅੱਗੇ, ਅਤੇ ਇਹ ਧਰਨਾ ਲਗਾਤਾਰ ਜਾਰੀ ਰਹੂਗਾ। ਅਤੇ ਪਹਿਲਾਂ ਕੱਲ੍ਹ ਨੂੰ ਇੱਕ ਰੈਲੀ ਰੱਖੀ ਗਈ ਹੈ, ਰੋਸ ਮੁਜ਼ਾਹਰਾ ਕੀਤਾ ਜਾਊਗਾ, ਉਸ ਤੋਂ ਬਾਅਦ ਫਿਰ ਇਹ ਧਰਨਾ ਇੱਥੇ ਆ ਜਾਊਗਾ, ਕਿਉਂਕਿ ਰਿਟਰਨਿੰਗ ਅਫਸਰ ਦਾ ਕੰਮ ਲੋਕਾਂ ਨਾਲ ਧੱਕਾ ਨਹੀਂ ਕਰਨਾ ਆਉਂਦਾ, ਉਹ ਲੋਕਾਂ ਦੇ ਅਫਸਰ ਨੇ, ਲੋਕਾਂ ਦੇ ਪੱਖ 'ਤੇ ਖੜ੍ਹਨਾ ਚਾਹੀਦਾ, ਨਾ ਕਿ ਲੀਡਰਾਂ ਦੇ ਪੱਖ 'ਚ। ਉਹਨਾਂ ਨੇ ਸਰੇਆਮ ਧੱਕਾ ਕਰਾਇਆ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਲੋਕਤੰਤਰ ਦਾ ਘਾਣ ਉਹਨਾਂ ਵੱਲੋਂ ਕੀਤਾ ਗਿਆ, ਅਫਸਰ ਵੱਲੋਂ ਕੀਤਾ ਗਿਆ, ਲੀਡਰਾਂ ਦੇ ਦਬਾਅ ਹੇਠ ਕੀਤਾ ਗਿਆ। ਇਹ ਜੀ ਅੱਜ ਕੁਝ ਕੁ ਸਮੇਂ ਤੱਕ ਲੱਗਿਆ ਰਹੂ ਧਰਨਾ, ਉਦੋਂ ਬਾਅਦ ਅਸੀਂ ਰੈਲੀ ਦੀ ਤਿਆਰੀ ਕਰਨੀ ਹੈ, ਅਤੇ ਕੱਲ੍ਹ ਨੂੰ ਰੋਸ ਮਾਰਚ ਕੱਢਿਆ ਜਾਊਗਾ। ਦੀਪਕ ਜੈਨ। ਧਰਨਾ ਤਾਂ ਸਾਡਾ 17 ਤਰੀਕ ਤੋਂ ਜਦੋਂ ਸਾਡੇ ਨਾਲ ਧੱਕਾ ਕੀਤਾ ਸਾਡੇ ਕੈਂਡੀਡੇਟਾਂ ਨਾਲ, ਪਹਿਲਾਂ ਸਾਡਾ 2 ਨੰਬਰ ਅਤੇ 8 ਨੰਬਰ ਜੇਤੂ ਕਰਾਰ ਦਿੱਤੇ, ਬਾਅਦ 'ਚ SDM ਨੇ ਜਾ ਕੇ ਉੱਥੇ ਲੋਕਤੰਤਰ ਦਾ ਘਾਣ ਕਰਦੇ ਹੋਏ ਸਾਡੇ ਜਿਹੜੇ ਕੈਂਡੀਡੇਟ ਸੀ ਉਹਦੀ ਜਗ੍ਹਾ ਦੂਜੇ ਕਾਂਗਰਸੀ ਕੈਂਡੀਡੇਟ ਜੇਤੂ ਕਰਾਰ ਦਿੱਤੇ, ਅਤੇ ਸਾਡੇ ਬੰਦੇ ਜੇਤੂ ਬੰਦਿਆਂ ਨੂੰ ਜਿੰਨੀ ਦੇਰ ਤੱਕ ਸਰਟੀਫਿਕੇਟ ਇਹ ਲਾਰਾ ਲਾ ਕੇ ਰੱਖੀ ਰੱਖੇ ਕਿ ਉੱਥੇ ਦਫ਼ਤਰ ਜਾ ਕੇ ਦੇਵਾਂਗੇ, ਪਰ ਜਦੋਂ ਸਾਨੂੰ 3 ਵਜੇ ਪਤਾ ਲੱਗਿਆ ਕਿ ਇਹਨਾਂ ਨੇ ਸਰਟੀਫਿਕੇਟ ਦੂਜਿਆਂ ਨੂੰ ਜਾਰੀ ਕਰਨ ਵਾਸਤੇ ਸਾਡੇ ਕੈਂਡੀਡੇਟ ਹਾਰੇ ਹੋਏ ਡਿਕਲੇਅਰ ਕਰਤੇ, ਤਾਂ ਅਸੀਂ ਇਮੀਡੀਏਟ ਜਾ ਕੇ ਉੱਥੇ ਧਰਨਾ ਲਾਇਆ, ਉੱਥੇ ਮਸ਼ੀਨਾਂ ਨੂੰ ਰੋਕ ਲਿਆ। ਮਸ਼ੀਨਾਂ ਰੋਕਣ ਤੋਂ ਬਾਅਦ ਤੀਜੇ ਦਿਨ ਸਾਡੇ ਨਾਲ ਸਹਿਮਤੀ DC ਸਾਹਿਬ ਦੀ ਇਹ ਹੋਈ ਕਿ ਤੁਸੀਂ ਆਪਣੀ ਕਸਟਡੀ 'ਚ ਇੱਥੇ ਮਸ਼ੀਨਾਂ ਰੱਖ ਲਓ। ਅਸੀਂ ਲਹਿਰੇ ਮਸ਼ੀਨਾਂ ਪੱਠਲ ਕਾਲਜ 'ਚ ਸਟਰੋਂਗ ਰੂਮ 'ਚ ਰਖਾ ਕੇ ਆਪਣੀ ਪੈਰੇ ਰੱਖੇ ਹੋਏ ਆ, ਅਤੇ ਉਸ ਤੋਂ ਬਾਅਦ ਅਸੀਂ ਧਰਨੇ ਦੀ ਜਿਹੜੀ ਜਗ੍ਹਾ ਉਹ ਸ਼ਿਫਟ ਕਰਦੇ, ਉਹ ਅਸੀਂ ਹੁਣ ਧਰਨਾ ਇੱਥੇ ਲਾਇਆ ਹੋਇਆ। ਥੋੜ੍ਹਾ ਜਿਹਾ ਟਾਈਮ ਲਾ ਕੇ 2 ਘੰਟੇ ਤੱਕ ਅਸੀਂ ਰੈਲੀ ਦੀ ਤਿਆਰੀ ਕਰਨੀ ਆ, ਰੈਲੀ ਦੀ ਤਿਆਰੀ ਕਰਨ ਤੋਂ ਬਾਅਦ ਫਿਰ ਇੱਥੇ ਪਰਸੋਂ ਤੋਂ ਪਰਮਾਨੈਂਟ ਧਰਨਾ ਲੱਗੂਗਾ।